पंजाब दे विच एक पासे हड़ा ने तबाही मचाई हुई है अते उत्थे ही हुण दूजे पासे टोरनैडो कहर मचा रहा है। फिरोजपुर के नथूवाला हरिपुर के आले दुआले के पिंडां विच भयानक टोरनैडो ने खेतां विच कई खड़े दरख्त बिजली के खंभे पशुओं लई पाए शैड उखाड़ दिते ने। लोगों का कहना है कि कुदरत जिस तरह पंजाब ते कहर टारी है अजिहा मंजर पहला कदे देखण नूं नहीं मिलिया। रस्ते जो भी लवेड़ रुख आए कोई तूड़ी के पले आए जी चाके सारे सुटते बाहर कुदरती कह रहे जी मतलब की सारे आफत आई हुई है जी। किसी बंदे हड़ आए हुए है जी ਕਿਸੇ ਬੰਨੇ ਪਾਣੀ ਇੰਨਾ ਹੋ ਗਿਆ ਮੀਂਹ ਦਾ ਕਿ ਝੋਨੇ ਡੁੱਬੇ ਪਏ ਆ ਜੀ ਤੇ ਕਿਸੇ ਬੰਨੇ ਅੱਗੇ ਅਸੀਂ ਮੋਬਾਈਲ ਵਿੱਚ ਹੀ ਵੇਖਿਆ ਟਰਨਾਂਡੋ ਅੱਜ ਅਸੀਂ ਉਹਦੇ ਅੱਖੀ ਵੇਖਿਆ ਜੀ ਤੇ ਜਿਹਨੇ ਇੰਨਾ ਨੁਕਸਾਨ ਕੀਤਾ ਬਹੁਤ ਭਾਰੀ ਨੁਕਸਾਨ ਹੋਇਆ ਜੀ। ਕਿਤੇ ਤੂੜੀ ਦੇ ਪੱਲੇ ਵੀ ਉੱਡੇ ਆ ਜੀ ਤੇ ਕਿਤੇ ਰੁੱਖ ਵੀ ਪੱਟੇ ਆ ਜੀ ਇਹਦੇ ਇੱਕ ਦੋ ਸ਼ੇਡਾਂ ਦਾ ਵੀ ਨੁਕਸਾਨ ਹੋਇਆ ਜੀ ਪਿੰਡ ਵਿੱਚ। ਹਾਂਜੀ ਕੀ ਨਾਮ ਹੈ ਤੁਹਾਡਾ? ਤਰਸੇਮ ਸਿੰਘ ਜੀ ਪਿੰਡ ਨੱਥੂਵਾਲਾ ਜੀ। ਕੱਲ੍ਹ ਜਿਹੜਾ ਇੱਕ ਵਾਪਰੂ ਲਾਇਆ ਹੈ ਉਹ ਕੀ ਮਾਜਰਾ ਸੀਗਾ? ਉਹ ਜੀ ਕੱਲ੍ਹ ਅਰਮਾਨਪੁਰੇ ਤੋਂ ਕੋਈ 4 ਵਜੇ ਦੇ ਆਸ ਪਾਸ 4:30 ਦੇ ਚੱਲਿਆ ਜੀ ਅਤੇ ਉਸ ਤੋਂ ਬਾਅਦ 'ਚ ਹਰੀਪੁਰ ਤੋਂ ਹੁੰਦਾ ਆ ਪਿੰਡ ਨੱਥੂ ਵਾਲੇ ਤਿਕਰਾਂ ਗੁਰਦੁਆਰਾ ਸਾਹਿਬ ਤੋਂ ਕੋਲ ਆਣ ਕੇ ਉਹ ਖਤਮ ਹੋ ਗਿਆ ਜੀ। ਉਹਦੇ ਵਿੱਚ ਉਹ ਜਦੋਂ ਸ਼ੁਰੂ ਹੋਇਆ ਕਿ ਜ਼ਮੀਨ ਤੋਂ ਪਾਣੀ ਚੱਕਦਾ ਸੀ ਸਿੱਧਾ ਕੁਦਰਤ ਤਾਂ ਉਹਨੂੰ ਹਿਲ ਜਾਂਦੀ ਸੀਗੀ ਜੀ ਬੱਦਲਾਂ ਨੂੰ ਹੀ ਅਤੇ ਜਿਹਦੇ ਉਹ ਐਡਾ ਤੇਜ਼ ਸੀ ਜਿਹਦੇ ਨਾਲ ਕਿ ਰੁੱਖ ਰੁੱਖ ਬਹੁਤ ਜ਼ਿਆਦਾ ਭੰਨੇ ਖੰਭੇ ਖੁੰਬੇ ਵੀ ਤੋੜ ਦਿੱਤੇ ਵਿੱਚੋਂ ਜੀ 2-3 ਟਰਾਂਸਫਾਰਮ ਵੀ ਸਾੜੇ ਨੇ ਅਤੇ ਰੁੱਖ ਤਾਂ ਜੀ ਮੁੱਢੋਂ ਪੱਟ ਪੱਟ ਕੇ ਉਹਨੇ ਸੱਟੇ ਨੇ ਜਿਹਦੇ ਵਿੱਚ ਕਿ ਜਾਨੀ ਮਾਲੀ ਨੁਕਸਾਨ ਬਚ ਗਿਆ ਜੀ ਅਤੇ ਬਾਕੀ ਰੁੱਖਾਂ ਦੀ ਅਤੇ ਉਹਦਾ ਭੰਨ ਤੋੜ ਬਹੁਤ ਜ਼ਿਆਦਾ ਹੋਈ ਹੈ ਜੀ। ਕਿ ਤੁਹਾਨੂੰ ਲੱਗਦਾ ਕਿ ਕੁਦਰਤ ਦੀ ਕਰੋਪ ਹੀ ਇੱਕ ਪਾਸੇ ਹੜ ਆਏ ਹੋਏ ਆ ਦੂਜੇ ਪਾਸੇ ਵੰਡਰ ਚੱਲਦੇ ਪਏ? ਇਹ ਜੀ ਕੁਦਰਤ ਦਾ ਇੱਕ ਕਹਿਰ ਹੀ ਹੈ ਜੀ ਜਿਹੜਾ ਚੱਲਿਆ ਹੋਇਆ। ਕਿਤੇ ਤਾਂ ਮੀਆਂ ਦੇ ਨਾਲ ਡੋਬੇ ਹੋ ਗਏ ਨੇ ਦੂਰੀ ਵਾਰ ਝੋਨੇ ਲਾਉਣੇ ਪੈ ਰਹੇ ਨੇ ਜੀ। ਇੱਕ ਪਾਸੇ ਹੜ ਆ ਗਏ ਨੇ ਜਿਹਦੇ ਨਾਲ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਅਤੇ ਤੀਜਾ ਇਹ ਵੱਖਰਾ ਹੀ ਕੱਲ੍ਹ ਵੇਖ ਲਿਆ ਸੀ 4-5 ਵਜੇ ਦੇ ਟਾਈਮ ਦੇ ਆਸ ਪਾਸ ਜੀ। ਇਹ ਤੁਸੀਂ ਕਦੀ ਪਹਿਲਾਂ ਵੀ ਇੱਦਾਂ ਦਾ ਦੇਖਿਆ? ਨਾ ਜੀ ਪਹਿਲਾਂ ਇੱਕ ਵਾਰੀ ਮੋਬਾਈਲ 'ਚ ਜ਼ਰੂਰ ਵੇਖਿਆ ਸੀ ਪਰ ਅੱਖੀ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਜੀ। ਅਤੇ ਆ ਵੀ ਕੁਦਰਤ ਕਿਸੇ ਨੂੰ ਨਾ ਇਹ ਜੀ ਚੀਜ਼ ਗਾਂ ਤੋਂ ਵਿਖਾਵੇ ਬਹੁਤ ਜ਼ਿਆਦਾ ਖਤਰਨਾਕ ਚੀਜ਼ ਸੀ। ਜੇ ਪਿੰਡ 'ਚ ਵੜ ਜਾਂਦੀ ਨੱਥੂ ਵਾਲੇ ਜਾਂ ਹਰੀਪੁਰ ਕਿਸੇ ਵੀ ਜੀ ਹੋ ਸਕਦਾ ਛੱਤਾਂ ਦੇ ਲੈਂਟਰ ਵੀ ਪੱਟ ਦਿੰਦੇ।